ਸਕੂਲ ਜਾਣ ਨੂੰ ਨਹੀਂ ਕੋਈ ਰਸਤਾ। ਕੰਧਾ ਟੱਪ ਟੱਪ ਕੇ ਸਕੂਲ ਪਹੁੰਚੇ ਜਵਾਕ, ਪੌੜੀਆਂ ਉਤਰਦੇ ਟੀਚਰ ਵੀ ਕੈਮਰੇ 'ਚ ਹੋਏ ਕੈਦ। ਆ ਦੇਖੋ ਇਸ ਸਰਕਾਰੀ ਸਕੂਲ ਦੇ ਹਾਲਾਤ। ਤਾਂ ਦੱਸ ਦਈਏ ਕਿ ਸਕੂਲ ਜਾਣ ਨੂੰ ਕੋਈ ਰਸਤਾ ਨਹੀਂ ਸੀ ਤਾਂ ਮਜਬੂਰਨ ਬੱਚਿਆਂ ਅਤੇ ਅਧਿਆਪਕਾਂ ਨੂੰ ਛੱਤਾਂ ਟੱਪ ਕੇ ਸਕੂਲ ਪਹੁੰਚਣਾ ਪੈਂਦਾ। ਤਾਂ ਫਿਰ ਇੱਕ ਲੱਕੜ ਦੀ ਪੌੜੀ ਦੇ ਨਾਲ ਇਹ ਹੇਠਾਂ ਉਤਰਦੇ ਹੋਏ ਵੀਡੀਓ ਦੇ ਵਿੱਚ ਕੈਦ ਹੋ ਜਾਂਦੇ ਨੇ। ਤਾਂ ਵੇਖ ਸਕਦੇ ਹੋ ਕਿ ਕੀ ਹਾਲਾਤ ਨੇ ਇਸ ਸਰਕਾਰੀ ਸਕੂਲ ਦੇ। ਤਾਂ ਪੂਰਾ ਮਾਮਲਾ ਅਬੋਹਰ ਦੇ ਪਿੰਡ ਦਾ ਹੈ, ਜਿੱਥੇ ਭਾਰੀ ਮੀਂਹ ਤੋਂ ਬਾਅਦ ਪਿੰਡ ਦੇ ਵਿੱਚ ਇੰਨਾ ਪਾਣੀ ਖੜ ਗਿਆ ਕਿ ਸਕੂਲ ਜਾਣ ਦਾ ਰਸਤਾ ਹੀ ਬੰਦ ਹੋ ਜਾਂਦਾ, ਜਿਸ ਤੋਂ ਬਾਅਦ ਸਕੂਲ ਜਾਣ ਦੇ ਲਈ ਬੱਚੇ ਅਤੇ ਅਧਿਆਪਕ ਘਰ ਦੀਆਂ ਛੱਤਾਂ ਤੋਂ ਹੁੰਦੇ ਹੋਏ ਸਕੂਲ ਤੱਕ ਪਹੁੰਚਦੇ ਨੇ ਅਤੇ ਫਿਰ ਇੱਕ ਪੌੜੀ ਦੇ ਸਹਾਰੇ ਇਹ ਸਕੂਲ ਦੇ ਵਿੱਚ ਉਤਰਦੇ ਨੇ। ਤਾਂ ਦੱਸ ਦਈਏ ਕਿ ਇਸ ਸਕੂਲ ਦੇ ਵਿੱਚ ਵੀ ਪਾਣੀ ਖੜਿਆ ਹੋਇਆ ਸੀ। ਤਾਂ ਇਸ ਸੰਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਮੀਂਹ ਕਾਰਨ ਪਾਣੀ ਇੰਨਾ ਖੜ ਗਿਆ ਕਿ ਪਿੰਡ ਦੀਆਂ ਸਾਰੀਆਂ ਸੜਕਾਂ ਪਾਣੀ ਦੇ ਵਿੱਚ ਡੁੱਬ ਗਈਆਂ। ਤਾਂ ਸਕੂਲ ਜਾਣ ਦੇ ਲਈ ਬੱਚਿਆਂ ਲਈ ਮੁਸ਼ਕਿਲ ਹੋਈ। ਤਾਂ ਜੇਕਰ ਕੋਈ ਆਪਣੇ ਵਹੀਕਲ 'ਤੇ ਚਲਾ ਵੀ ਜਾਂਦਾ ਤਾਂ ਸਕੂਲ ਦੇ ਮੇਨ ਗੇਟ 'ਤੇ ਇੰਨਾ ਪਾਣੀ ਖੜਾ ਸੀ ਕਿ ਉਹ ਅੰਦਰ ਨਹੀਂ ਜਾ ਸਕਦਾ ਸੀ। ਕੱਲ ਜਿਹੜੀ ਬਾਰਿਸ਼ ਆਈ ਹੈ ਉਹਦੇ ਨਾਲ ਪੰਚਾਇਤ ਕਰਦੇ ਵੀ 3-3 ਫੁੱਟ ਪਾਣੀ ਜੋ ਭਰ ਗਿਆ। ਤਾਂ ਅੱਜ ਜਿਹੜੇ ਬੱਚੇ ਹੈ ਕਿਸੇ ਤਰ੍ਹਾਂ ਵੀ ਨਾ ਤਾਂ ਘਰੋਂ ਬਾਹਰ ਨਿਕਲ ਸਕਦੇ, ਜੇ ਘਰੋਂ ਕੋਈ ਬੱਚਾ ਆ ਵੀ ਗਿਆ ਸਾਧਨ 'ਤੇ ਤਾਂ ਉਹ ਸਕੂਲ 'ਚ ਐਂਟਰ ਨਹੀਂ ਹੋ ਸਕਦਾ। ਸਾਧਨ ਵੀ ਇਸ ਜੇ ਸਕੂਲ ਦੀ ਗਲੀ ਹੈ ਇਸ 'ਚ ਨਹੀਂ ਆ ਸਕਦਾ ਤਾਂ ਕੋਈ ਬੱਚਾ ਨਹੀਂ ਆ। ਜੇ ਬੱਚੇ ਆਏ ਆ ਤਾਂ ਉਹ ਦੀਵਾਰਾਂ ਤੋਂ ਕੁੱਦ ਕੇ ਪ੍ਰਾਈਵੇਟ ਜਗ੍ਹਾ ਤੋਂ ਹੋ ਕੇ ਪੀੜੀਆਂ ਲਾ ਕੇ ਉਸ ਤਰ੍ਹਾਂ ਸਕੂਲ 'ਚ ਐਂਟਰ ਕੀਤਾ ਹੈ। ਅਤੇ ਇਸੇ ਤਰ੍ਹਾਂ ਮੇਰੇ ਕਿਹਾ ਸਟਾਫ ਨੇ ਜਿਹੜਾ ਇਹ ਕੀਤਾ ਹੈ। ਅਸੀਂ 3-4 ਦਿਨ ਪਹਿਲਾਂ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਵੀ ਇਸ ਦਾ ਸਾਡਾ ਹੱਲ ਕੀਤਾ ਜਾਵੇ, ਸਕੂਲ ਦਾ ਜਿਹੜਾ ਹੱਲ ਹੈ ਇਹ ਕੀਤਾ ਜਾਵੇ। ਅਤੇ ਪਿੰਡ ਦਾ ਜਿਹੜਾ ਗਲੀ ਹੈ ਇਹ ਵੀ ਇੱਕੋ ਹੀ ਹੈ ਅਤੇ ਇਸ 'ਚ ਵੀ ਹਰ ਘਰ ਅੱਗੇ ਪਾਣੀ, ਹਰ ਘਰਾਂ 'ਚ ਪਾਣੀ ਵੜਾ ਹੈ ਅਤੇ ਇਹ ਕਿਸੇ ਵੀ ਸੁੱਖ ਦੁੱਖ 'ਚ ਘਰ ਦਾ ਮੈਂਬਰ ਘਰ ਦਾ ਜੀ ਗੇਟ ਤੋਂ ਬਾਹਰ ਨਹੀਂ ਨਿਕਲ ਸਕਦਾ। ਅਤੇ ਸਾਡੀ ਪ੍ਰਸ਼ਾਸਨ ਤੋਂ ਪਹਿਲਾਂ ਵੀ ਮੰਗ ਸੀ, ਅੱਜ ਫਿਰ ਅਸੀਂ ਮੰਗ ਕਰ ਰਹੇ ਹਾਂ ਵੀ ਇਹ ਸਕੂਲ ਦਾ ਜਿਹੜਾ ਗੇਟ ਵਾਲਾ ਅਤੇ ਸਾਡੇ ਪਿੰਡ ਦੇ ਐਂਟਰ ਹੋਣਾ ਗਲੀ ਦਾ ਮਸਲਾ ਹੱਲ ਕੀਤਾ ਜਾਵੇ। ਨਹੀਂ ਤਾਂ ਕੱਲ੍ਹ ਤੱਕ ਅਸੀਂ ਸ਼ਾਮ ਤੱਕ ਉਹ ਹੱਲ ਨਾ ਹੋਇਆ ਤਾਂ ਕੱਲ੍ਹ ਸਕੂਲ ਨੂੰ ਪਿੰਡ ਵਾਸੀ ਬੱਚਿਆਂ ਦੇ ਮਾਂ ਪਿਓ ਅਸੀਂ ਲੱਗ ਕੇ ਇਹ ਸਕੂਲ ਨੂੰ ਲੋਕ ਲਾਵਾਂਗੇ। ਉਦੋਂ ਤੱਕ ਸਕੂਲ ਨਹੀਂ ਖੋਲ੍ਹਣ ਦਿਆਂਗੇ ਜਦੋਂ ਤੱਕ ਇਸ ਗਲੀ ਦਾ ਹੱਲ ਨਾ ਆਵੇ, ਬੱਚਿਆਂ ਨੂੰ ਆਉਣ ਜਾਣ ਦੀ ਜਿਹੜੀ ਸੁਵਿਧਾ ਉਹ ਨਾ ਪ੍ਰੋਪਰ ਮਿਲੀ ਤਾਂ ਅਸੀਂ ਸਕੂਲ ਬੰਦ ਰੱਖਾਂਗੇ। ਦਿੱਕਤ ਤਾਂ ਪੱਤਰਕਾਰ ਸਾਹਿਬ ਇਹ ਹੈ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ ਅਤੇ ਬਹੁਤ ਬੁਰਾ ਹਾਲ ਹੈ। ਸਾਡਾ ਸਕੂਲ ਦਾ ਇਹ ਰਸਤਾ ਸਕੂਲ ਨੂੰ ਜਾਂਦਾ ਹੈ, ਇਹ ਸਾਰੇ ਪਿੰਡ ਨੂੰ ਜਾਂਦਾ ਹੈ, ਜਿਹੜਾ ਇੱਕੋ ਹੀ ਰਸਤਾ ਹੈਗਾ, ਹੋਰ ਕੋਈ ਦੂਜਾ ਰਸਤਾ ਪਿੰਡ ਨੂੰ ਵੜਨ ਵਿੱਚ ਨਹੀਂ ਹੈ। ਅਤੇ ਅਸੀਂ ਪਿੰਡ ਅਮਰਪੁਰਾ ਜ਼ਿਲ੍ਹਾ ਫਾਜ਼ਿਲਕਾ ਦੇ ਵਸਨੀਕ ਹਾਂ, ਪਿੰਡ ਵਾਸੀ ਅੱਜ ਇਕੱਠੇ ਹੋਏ ਹਾਂ ਅਤੇ ਮੇਰੀ ਖਾਸ ਕਰਕੇ ਸਾਡੇ ਫਾਜ਼ਿਲਕਾ ਜ਼ਿਲ੍ਹਾ ਦੇ DC ਸਾਹਿਬ, SDM ਸਾਹਿਬ, ਤਹਿਸੀਲਦਾਰ ਸਾਹਿਬ ਅਤੇ DDPO ਸਾਹਿਬ ਨੂੰ ਪਿੰਡ ਵਾਸੀਆਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਸੁਧ ਲਿੱਤੀ ਜਾਵੇ। ਛੋਟੇ ਛੋਟੇ ਬੱਚੇ ਜਿਹੜੇ ਪ੍ਰਾਇਮਰੀ ਸਕੂਲ ਦਾ ਅਤੇ ਸੀਨੀਅਰ ਸੈਕੰਡਰੀ ਸਕੂਲ ਦਾ ਜਾਣ ਦਾ ਇੱਕੋ ਹੀ ਰਸਤਾ ਹੈ, ਉਸ ਵਿੱਚ 4 ਸਾਲ ਦਾ ਬੱਚਾ ਅੱਜ ਜੇ ਕੋਈ ਜਾ ਰਿਹਾ, ਜੇ ਉਹ ਡਿੱਗ ਪਿਆ ਤਾਂ ਮਤਲਬ ਉਹ ਸੰਭਲਣਾ ਨਹੀਂ ਜੀ। ਅੱਗੇ ਛੱਪੜ ਹੈ, ਛੱਪੜ ਦਾ ਅਤੇ ਸੜਕ ਦਾ ਕੋਈ ਪਤਾ ਨਹੀਂ ਲੱਗਦਾ ਵੀ ਕਿੱਥੇ ਸੜਕ ਬਣੀ ਹੈ ਕਿੱਥੇ ਛੱਪੜ ਹੈ, ਸਾਰਾ ਮਤਲਬ ਇੱਕ ਮੈਂ ਹੋਇਆ ਪਿਆ ਹੈ ਪਾਣੀ ਨਾਲ। ਅਤੇ ਪਿਛਲੇ 2 ਸਾਲ ਪਹਿਲਾਂ ਸਾਡੇ ਪਿੰਡ ਦਾ ਇੱਕ ਮੁੰਡਾ ਛੱਪੜ ਵਿੱਚ ਸੜਕ ਨਾ ਪਛਾਣ ਕਾਰਨ ਸੜਕ ਵਿੱਚ ਡਿੱਗ ਪਿਆ ਸੀ ਅਤੇ ਉਹਦੀ ਡੈਥ ਹੋ ਗਈ ਸੀ। ਤਾਂ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਸਾਡੀ ਹੱਥ ਜੋੜ ਕੇ ਪਿੰਡ ਵਾਸੀਆਂ ਦੀ ਬੇਨਤੀ ਹੈ ਕਿ ਸਾਡਾ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ, ਮਿਹਰਬਾਨੀ। ਸਮੱਸਿਆ ਤੁਸੀਂ ਤੁਹਾਡੇ ਪਿੱਛੇ ਦੇਖ ਰਹੇ ਹੋ, ਆ ਗਲੀ ਸਕੂਲ ਨੂੰ ਇੱਕੋ ਇੱਕ ਗਲੀ ਹੈ, ਪ੍ਰਾਇਮਰੀ ਸਕੂਲ, ਸੀਨੀਅਰ ਸੈਕੰਡਰੀ ਸਕੂਲ 2 ਸਕੂਲ ਹੈ, ਮੇਨ ਗੇਟ ਇੱਕੋ ਹੀ ਹੈ, ਗਲੀ ਵੀ ਇੱਕੋ ਹੀ ਹੈ ਪਹੁੰਚ ਵਾਸਤੇ। ਜਿਵੇਂ ਜਿਵੇਂ ਬਾਰਿਸ਼ ਹੁੰਦੀ ਹੈ ਗਲੀ 'ਚ ਪਾਣੀ ਖੂਬ ਭਰ ਜਾਂਦਾ, ਹੁਣ ਵੀ ਭਰਿਆ ਹੋਇਆ। ਅੱਗੇ ਤਾਂ ਇਹ ਹੁੰਦਾ ਸੀ ਅਸੀਂ ਪੰਚਾਇਤ ਘਰ ਦੇ ਅੰਦਰ, ਛੋਟਾ ਗੇਟ ਹੈ ਪਿਛਲੇ ਪਾਸੇ ਗਰਾਊਂਡ ਵਾਲੇ ਪਾਸੇ,
ਬੱਚੇ ਉਧਰੋਂ ਆ ਜਾਂਦੇ ਸੀ, ਸਟਾਫ ਉਧਰੋਂ ਆ ਜਾਂਦੇ ਸੀ ਗੱਡੀਆਂ ਬਾਹਰ ਖੜੀ ਕਰਕੇ। ਅੱਜ ਪੰਚਾਇਤ ਘਰ ਵੀ ਪਿੱਛੇ ਪਾਣੀ ਖੂਬ ਭਰ ਗਿਆ ਸੜਕ ਤੱਕ, ਮੇਨ ਰੋਡ ਤੱਕ। ਅੱਜ ਜਿੰਨੇ ਵੀ ਸਟਾਫ ਮੈਂਬਰ ਜਾਂ ਕੋਈ ਥੋੜ੍ਹੇ ਬਹੁਤ ਬੱਚੇ ਆਏ ਆ ਤਾਂ ਅਸੀਂ ਪ੍ਰਾਈਵੇਟ ਪ੍ਰੋਪਰਟੀ 'ਚੋਂ ਲੰਘ ਕੇ ਦੀਵਾਰ ਮੇਨ ਬਾਉਂਡਰੀ ਵਾਲ ਹੈ ਉਸ ਤੋਂ ਉੱਪਰੋਂ ਟੱਪਕੇ ਆਏ ਪੌੜੀਆਂ ਰਾਹੀਂ, ਤਾਂ ਕਾਫੀ ਸਮੱਸਿਆ ਹੈ। ਵੈਸੇ ਪ੍ਰਸ਼ਾਸਨ ਦੇ ਨੋਟਿਸ ਲਿਆਂਦਾ ਹੋਇਆ, BDPO ਸਾਹਿਬ, SDM ਸਾਹਿਬ, ਮਾਨਯੋਗ ADC ਸਾਹਿਬ, DO ਸਾਹਿਬ, ਸਾਰਿਆਂ ਨੂੰ ਪੱਤਰ ਲਿਖ ਕੇ ਸਾਰੀ ਸੂਚਨਾ ਦਿੱਤੀ ਹੋਈ ਹੈ ਵਿਦ ਫੋਟੋਜ਼। ਔਰ ਪਿੱਛੇ ਥੋੜ੍ਹਾ 5-4 ਦਿਨ ਪਹਿਲਾਂ ਕੰਮ ਵੀ ਸ਼ੁਰੂ ਕੀਤਾ, ਇੰਟਰਲੋਕਿੰਗ ਪੱਟੀ ਹੋਈ ਹੈ, ਮਿੱਟੀ ਵਰਤੀ ਕਰਾ ਕੇ ਕੰਮ ਸ਼ੁਰੂ ਕੀਤਾ ਹੋਇਆ, ਪਰ ਇਹਦੇ ਸਮੱਸਿਆ ਕਰਕੇ ਬੱਚਿਆਂ ਨੂੰ ਬਹੁਤ ਦਿੱਕਤ ਆ ਰਹੀ ਹੈ। ਟੋਟਲ ਹੈਗੇ ਲਗਭਗ 580-85 ਦੇ ਕਰੀਬ, ਅੱਜ ਸਿਰਫ 80 ਤੋਂ 90 ਤੱਕ। ਅਸੀਂ ਆਏ ਜੀ ਪ੍ਰਾਈਵੇਟ ਪ੍ਰੋਪਰਟੀ 'ਚ ਲੰਘ ਕੇ, ਔਰ ਦੀਵਾਰ ਦੇ ਦੋਨੋਂ ਪਾਸੇ ਛੋਟੀਆਂ ਪੌੜੀਆਂ ਲਗਾ ਕੇ ਬੱਚੇ ਲੰਘ ਕੇ ਆਏ ਜੀ।